होगा कि जहां पर नगर निगम में 48 बेलदारों की पोस्ट निकाली, जिसके लिए हजारों की संख्या में लोग लाइन में खड़े हुए हैं। बेलदार की पोस्ट के लिए अभी तक 3800 उम्मीदवार अप्लाई कर चुके हैं। बता दें कि 48 बेलदारों की पोस्ट पर 32 बेलदार पहले से कच्चे तौर पर काम कर रहे हैं। कच्चे बेलदारों की मांग है कि उन्हें पक्का किया जाए। वहीं दूसरी तरफ अप्लाई करने वाले पोस्ट ग्रेजुएट एमए के कैंडिडेट भी शामिल हैं। ਜਿਹੜੀ ਪੋਸਟ ਨਗਰ ਨਿਗਮ ਜੀ ਇੱਥੇ ਰੱਖਣੇ ਆ ਜਿਹੜੀ ਬੇਲਦਾਰ ਜੀ ਉਹਨਾਂ ਵਾਸਤੇ ਅਪਲਾਈ ਕਰਨਾ ਹੈ ਜੀ। ਵੈਸੇ ਤਾਂ ਔਨਲਾਈਨ ਹੈ ਨਹੀਂ ਜੀ ਫਾਰਮ, ਤਾਂ ਕਰਕੇ ਇੱਥੇ ਆਉਣਾ ਪਿਆ। ਔਫਲਾਈਨ ਜਿਹੜੀ ਪੋਸਟ ਉਹਦਾ ਕਰਕੇ ਦੇਖੋ, ਇੰਨੀਆਂ ਲਾਈਨਾਂ ਲੰਮੀਆਂ ਲਾਉਣੀਆਂ ਪਈਆਂ ਅਤੇ ਟਾਈਮ ਵੀ ਬੜਾ ਖਰਾਬ ਹੋ ਰਿਹਾ, ਦੇਖੋ ਆਉਣਾ ਪਿਆ ਕਿਉਂਕਿ ਡਿਪਾਰਟਮੈਂਟ ਦੇ ਹੁਕਮ ਹੀ ਇਹੋ ਜਿਹੇ ਨੇਗੇ, ਤਾਂ ਕਰਕੇ ਸਾਨੂੰ ਇੱਥੇ। ਹਾਂਜੀ, ਬੇਲਦਾਰ ਬਾਰੇ ਪਤਾ ਜੀ? ਬੇਲਦਾਰ ਜੀ ਨਗਰ ਨਿਗਮ 'ਚ ਕੋਈ ਵੀ ਆਪਾਂ ਨਹਿਰੀ ਮਹਿਕਮੇ ਦਾ ਡਿਪਾਰਟਮੈਂਟ 'ਚ ਆ ਜਾਂਦੇ ਜੀ, ਜਾਂ ਹੋਰ ਸੀਵਰੇਜ ਡਿਪਾਰਟਮੈਂਟ 'ਚ ਆ ਜਾਂਦਾ, ਉਹਦੇ 'ਚ ਕੰਮ ਦੇ ਵਾਸਤੇ ਬੰਦੇ ਰੱਖਣੇ ਹੁੰਦੇ ਜੀ, ਉਹਦੇ ਕਰਕੇ ਰੱਖਣੇ ਜੀ। ਪਾਈਪਾਂ ਨੂੰ ਠੀਕ ਠੂਕ ਕਰਦਾ? ਹਾਂਜੀ, ਪੋਸਟ ਗ੍ਰੈਜੂਏਟ ਕਰਕੇ ਇੱਦਾਂ ਦੀ ਪੋਸਟ ਨੂੰ ਤੁਸੀਂ ਕਿੱਦਾਂ? ਅੱਜ ਜਦੋਂ ਵੇਖਿਆ ਵੀ ਸਾਡੀ ਹੁਣ ਅਸੀਂ ਲੜ ਘੁਲ ਕੇ ਤਿੰਨ ਤਿੰਨ ਚਾਰ ਚਾਰ ਮਹੀਨੇ ਤਨਖਾਹ ਕਟਾ ਕੇ ਅਸੀਂ ਭੁੱਖ ਹੜਤਾਲ ਵੀ ਰੱਖੀ ਜੀ, ਅਸੀਂ ਆਪਦੇ ਬੱਚਿਆਂ ਨੂੰ ਵੀ ਭੁੱਖੇ ਰੱਖਿਆ 15-15, 20-20 ਦਿਨ, ਤਿੰਨਾਂ ਤਿੰਨਾਂ ਮਹੀਨੇ ਤਨਖਾਹ ਕਟਾਈ ਅਸੀਂ। ਜਦੋਂ ਅੱਜ ਸਾਡੇ ਬੰਦਿਆਂ ਨੇ ਜਾਂ ਅਸੀਂ ਲੜ ਘੁਲ ਕੇ ਮਤੇ ਲਿਆਂਦੇ ਹੜਤਾਲਾਂ ਕਰਕੇ। ਕੈਟਾਗਰੀ ਤਾਂ ਜੀ ਪਹਿਲਾਂ ਤਾਂ ਸਾਰਿਆਂ ਦਾ ਹੀ ਸਤਿਕਾਰ ਆ, ਕਿਉਂਕਿ ਵੱਖ ਵੱਖ ਧਰਮ ਦੇ, ਕਿਉਂਕਿ ਕਹਿ ਲਓ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ ਵੋ। ਜਿਹੜਾ ਕਿ ਗੱਲ ਕਰੀਏ ਹਰੇਕ ਵੀਰ ਵਾਸਤੇ, ਹਰੇਕ ਭੈਣ ਵਾਸਤੇ ਇੱਕ ਖੁੱਲ੍ਹਾ ਹੀ ਸੱਦਾ ਵਾ, ਕਿਉਂਕਿ ਜਿਹੜਾ ਮਰਜ਼ੀ ਅਪਲਾਈ ਕਰ ਸਕਦਾ, ਕਿਉਂਕਿ ਇਹਦੀ ਮੈਰਿਟ ਜਿਹੜੀ ਹੈ ਤਕਰੀਬਨ 8ਵੀਂ ਦੀ ਹੈਗਾ ਸਰਟੀਫਿਕੇਟ। ਸਾਡੇ ਕੋਲ ਜੀ 3500 ਤੱਕ ਆ ਗਈਆਂ ਜੀ ਬਾਏ ਹੈਂਡ, 3500 ਤੱਕ ਅਤੇ 48 ਪੋਸਟਾਂ ਜੀ। 48 ਦੇ ਵਿੱਚੋਂ ਕੁਛ ਆਲਰੇਡੀ ਵਰਕ ਵੀ ਕਰ ਰਹੇ ਬੰਦੇ? ਹਾਂਜੀ, ਸਾਡੇ ਬੇਲਦਾਰ 20-20 ਸਾਲਾਂ ਤੋਂ ਵਰਕ ਕਰਦੇ ਪਏ, ਜਿਹੜੇ ਉਹ ਸਮਥਿੰਗ ਉਹ ਵੀ ਹੋਊਗੇ 30 ਦੇ ਨੇੜੇ ਤੇ। ਸਰ ਅੱਛੀ ਤਾਂ ਵੈਸੇ ਨਹੀਂ ਲੱਗ ਰਹੀ ਜੇ ਮਤਲਬ ਕਿਹਾ ਜਾਵੇ ਤਾਂ, ਪਰ ਕੀ ਕਰਿਆ ਜਾਵੇ ਹੁਣ ਸਾਡੇ ਇੰਡੀਆ 'ਚ ਜੋਬਸ ਹੈ ਹੀ ਨਹੀਂ, ਜਿੱਥੇ ਕੋਈ ਈਜ਼ੀ ਗੌਰਮੈਂਟ ਜੋਬ ਮਿਲ ਰਹੀ ਹੈ ਸਾਨੂੰ, ਇਹ ਕਿ ਐਟਲੀਸਟ ਕੁਛ ਤਾਂ ਮਿਲੇ, ਕਿਤੇ ਤਾਂ ਮਿਲੇ। ਮੇਰੀ ਹੁਣ ਜਿਵੇਂ ਕੁਆਲੀਫਿਕੇਸ਼ਨ ਦੇ ਅਕੋਰਡਿੰਗ ਤਾਂ ਮੈਨੂੰ ਟੀਚਰ ਆਫ ਇੰਗਲਿਸ਼ ਹੋਣਾ ਚਾਹੀਦਾ ਹੈਗਾ।